ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣੇ ਯੂਟਿਊਬ ਚੈਨਲ ਦਿਲਜੋਤ ਪਰਮਾਰ। ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਲੈ ਗਏ ਹਾਂ ਜੀ 10th ਕਲਾਸ ਦਾ ਸਾਇੰਸ ਦਾ ਪੇਪਰ, ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਜੁਲਾਈ 20 ਮੰਥਲੀ ਐਗਜ਼ਾਮ ਬੀ ਨੰਬਰ ਦਾ ਹੋਊਗਾ, ਠੀਕ ਹੈ। ਦੋਸਤੋ, ਇਸ ਵੀਡੀਓ ਵਿੱਚ ਮੈਂ ਤੁਹਾਨੂੰ 3 ਪੇਪਰ ਦਿਖਾਊਂਗਾ, ਠੀਕ ਹੈ। 3 ਪੇਪਰਾਂ 'ਚੋਂ ਤੁਹਾਡਾ ਬਹੁਤ ਜ਼ਿਆਦਾ ਇੰਪੋਰਟੈਂਟ ਪੇਪਰਸ ਆ ਸਕਦੇ ਆ, ਸੋ ਇਸ ਲਈ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਅਤੇ ਲਾਈਕ ਕਰ ਲਿਓ ਵੀਡੀਓ ਨੂੰ, ਅਤੇ ਕਰਦੇ ਹਾਂ ਜੀ ਵੀਡੀਓ ਸਟਾਰਟ। ਸਭ ਤੋਂ ਪਹਿਲਾਂ ਸੈਂਪਲ ਪੇਪਰ ਤੁਹਾਡੀ ਸਕਰੀਨ ਦੇ ਉੱਤੇ ਆ, ਅਤੇ ਸਭ ਤੋਂ ਪਹਿਲਾਂ ਤਾਂ ਦੇਖ ਲਓ ਉਸ ਗੈਸ ਦਾ ਨਾਂ ਦੱਸੋ ਜੋ ਜਿੰਕ ਦੀ HCl ਨਾਲ ਕਿਰਿਆ ਦੌਰਾਨ ਨਿਕਲਦੀ ਆ, ਠੀਕ ਹੈ। ਇਹ ਥੋੜ੍ਹਾ ਜਿਹਾ ਆਪਦੇ ਕੁਐਸਚਨਸ ਨੇ, ਠੀਕ ਹੈ, ਮਤਲਬ ਆਪਦੇ ਵੱਲੋਂ ਟੀਚਰ ਦੇ ਬਣਾਏ ਹੋਏ ਕੁਐਸਚਨਸ ਨੇ, ਅਤੇ ਤਾਂ ਇਹ ਤੁਹਾਨੂੰ ਆਂਸਰ ਨਹੀਂ ਮਿਲਣਗੇ, ਇਹਦੇ ਤੁਹਾਨੂੰ ਬੁੱਕ 'ਚ ਹੀ ਮਿਲਣਗੇ ਇਹਨਾਂ ਦੇ ਆਂਸਰ। ਹੇਠ ਲਿਖੀਆਂ ਵਿੱਚੋਂ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਕਿਰਿਆਸ਼ੀਲ ਧਾਤ ਦੱਸੋ ਇਹਨਾਂ 'ਤੇ ਚਾਰ ਸਾਰਿਆਂ 'ਚੋਂ। ਉੱਤਲ ਅਤੇ ਅਵਤਲ ਦਰਪਣ ਦੁਆਰਾ ਬਣਾਏ ਗਏ ਆਭਾਸੀ ਪ੍ਰਤੀਬਿੰਬ ਵਿੱਚ ਕੀ ਅੰਤਰ ਹੈ, ਠੀਕ ਹੈ। ਲੈਂਟੀ ਸੈੱਲ ਕੀ ਹੁੰਦੇ ਆ, ਵਟ ਆਰ ਲੈਂਟੀ ਸੈੱਲਸ। ਅਤੇ ਨੈਕਸਟ ਹੈਗਾ ਜੀ, ਉਹ ਕਿਹੜਾ ਵਰਣਕ ਹੈ ਜੋ ਸੂਰਜੀ ਊਰਜਾ ਸੋਖਦਾ ਹੈ। ਨੈਕਸਟ ਹੈਗਾ, ਦਰਪਣ ਦੇ ਧਰੂਵ ਨੂੰ ਪ੍ਰਭਾਸ਼ਿਤ ਕਰੋ। ਨੈਕਸਟ ਆਪਣੇ ਦੋ ਦੋ ਨੰਬਰ 'ਤੇ ਆ ਜਾਣਗੇ, ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਿਉਂ ਕਿਹਾ ਜਾਂਦਾ ਹੈ, ਠੀਕ ਹੈ। ਜ਼ਾਈਲਮ ਅਤੇ ਫਲੋਰੀਮ ਵਿੱਚ ਪਦਾਰਥਾਂ ਦੇ ਵਿੱਚ ਪਰਵੈਣ ਵਿੱਚ ਕੀ ਅੰਤਰ ਆ। ਉਹ ਲੈਂਸ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦੀ ਸ਼ਕਤੀ 3D ਹੈ। ਇਹ ਕਿਸ ਪ੍ਰਕਾਰ ਦਾ ਲੈਂਸ ਹੈ। ਨੈਫਰੋਨ ਦਾ ਲੇਬਲ ਕੀਤਾ ਚਿੱਤਰ ਬਣਾਓ, ਠੀਕ ਹੈ। ਨੈਫਰੋਨ ਦਾ ਚਿੱਤਰ ਜਿਹੜਾ ਹੈਗਾ ਤੁਹਾਡਾ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੱਕੇ ਪੇਪਰਾਂ 'ਚ ਵੀ ਦੇਖਣ ਨੂੰ ਮਿਲ ਸਕਦਾ ਵਾ, ਠੀਕ ਹੈ, 4 ਨੰਬਰਾਂ 'ਚ ਜਾਂ 6 ਨੰਬਰਾਂ 'ਚ। ਅਤੇ ਨੈਕਸਟ ਹੈਗਾ ਜੀ ਆਪਣੇ 3 ਨੰਬਰਾਂ ਵਾਲੇ ਕੁਐਸਚਨਸ। ਨੈਕਸਟ ਇਹ 'ਚ ਹੈਗਾ ਜੀ, ਪਾਣੀ ਦੇ ਬਿਜਲੀ ਅਪਘਟਨ ਦੌਰਾਨ ਇੱਕ ਪਰਖਣ ਵਾਲੀ ਗੈਸ ਦੁਆਰਾ ਗੈਸ ਦੂਸਰੀ ਨਾਲੋਂ ਦੁੱਗਣੀ ਕਿਉਂ ਖੱਟੀ ਹੁੰਦੀ ਹੈ, ਠੀਕ ਹੈ। ਜੰਗ ਕੀ ਹੈ, ਠੀਕ ਹੈ, ਜੰਗ ਵਟ ਇਜ਼ ਰਸਟ। ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਵਜੀ ਦੇਖਣ ਲਈ ਕਿਉਂ ਪਹਿਲ ਦਿੰਦੇ ਹਾਂ। ਬਰਫ਼ ਦਾ ਅਪਵਰਤਨ ਅੰਕ 1.31 ਹੈ, ਇਸ ਦਾ ਕਥਨ ਦਾ ਭਾਵ ਕੀ ਆ, ਠੀਕ ਹੈ। ਸੋ ਇਹ ਜਿਹੜਾ ਹੈਗਾ ਜੀ ਆਪਣਾ ਪੇਪਰ ਆ, ਇਹਨੂੰ ਤੁਸੀਂ ਦੇਖ ਲਿਓ, ਠੀਕ ਹੈ। ਮੈਨੂੰ ਨਹੀਂ ਲੱਗਦਾ ਇਹਦੇ ਚਾਂਸਿਸ ਹੈਗੇ ਆ, ਠੀਕ ਹੈ, ਕੋਈ ਵੀ ਕੁਐਸਚਨ ਆਉਣ ਦੇ। ਬਟ ਆਹ ਤਾਪ ਨਿਕਾਸੀ, ਸਾਹ ਕਿਰਿਆ ਵਾਲਾ, ਅਤੇ ਆਹ ਲੈਂਸ ਵਾਲਾ, ਅਤੇ ਨੈਫਰੋਨ ਵਾਲਾ, ਇਹ ਥੋੜ੍ਹੇ ਇੰਪੋਰਟੈਂਟ ਨੇ, ਇਹ ਮੈਂ ਤੁਹਾਨੂੰ ਕਰਾ ਦੂੰਗਾ। ਅਤੇ ਕਹਾ, ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਲਈ ਕਿਉਂ ਵਰਤਦੇ ਹਾਂ। ਅਤੇ ਇੱਕ ਆਪਣਾ ਪੇਪਰ ਆ ਜਾਂਦਾ, ਇਹਨੂੰ ਆਪਾਂ ਸੋਲਵ ਕਰਦੇ ਹਾਂ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਹੈ, ਇਹ ਦੇਖ ਲਓ, ਇਹ ਕਿਹੜੀ ਕਿਰਿਆ ਦੀ ਉਦਘਾਟ ਦੱਸ ਰਹੇ ਆ ਜੀ, ਇਹ ਕਿਹੜੀ ਆ ਜੀ, ਵਿਸਥਾਪਨ ਕਿਰਿਆ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ ਜੀ, ਹਾਈਡਰੋਜਨ ਕੀ ਹੁੰਦਾ, ਜਦੋਂ ਪਤਲਾ ਹਾਈਡਰੋਲਿਕ ਐਸਿਡ ਲੋਹ ਚੂਰਨ ਉੱਤੇ ਪਾਇਆ ਜਾਂਦਾ, ਠੀਕ ਹੈ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ, ਸੈਕੰਡ ਦਾ ਆਂਸਰ ਹੈਗਾ ਜੀ ਆਪਣਾ ਆਲਾ, ਕਲੋਰੀਨ ਗੈਸ ਆਇਰਨ ਹਾਈਡਰੋਲਿਕ ਪੈਦਾ ਹੁੰਦੇ ਆ, ਠੀਕ ਹੈ। ਸੋ ਹੁਣ ਦੇਖਦੇ ਹਾਂ ਨੈਕਸਟ, ਮਨੁੱਖ ਵਿੱਚ ਗੁਰਦੇ ਦੀ ਇੱਕ ਤੰਤਰ ਦਾ ਭਾਗ ਦੱਸੋ ਜੋ ਸਤੰਭਿਤ ਗੁਰਦੇ ਨਾਲ, ਠੀਕ ਹੈ, ਕੌਣ ਆ, ਮਲ ਤਿਆਗ। ਨੈਕਸਟ ਆ ਜੂਗਾ ਜੀ, ਸਵੈ ਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ, ਉਪਰੋਕਤ ਸਾਰੇ। ਨੈਕਸਟ ਆਪਣੇ 5ਵਾਂ ਆਜੂਗਾ ਜੀ, ਇੱਕ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਆਭਾਸੀ ਸਿੱਧਾ ਵਸਤੂ ਤੋਂ ਵੱਡਾ ਸੀ, ਵਸਤੂ ਦੀ ਸਥਿਤੀ ਹੋਣੀ ਚਾਹੀਦੀ ਹੈ। ਸੋ ਕੀ ਹੋਣੀ ਚਾਹੀਦੀ ਆ, ਵਕਤਾ ਕੇਂਦਰ ਤੋਂ ਪਰੇ, ਠੀਕ ਹੈ। ਨੈਕਸਟ ਦੇਖਦੇ ਹਾਂ, ਨੈਕਸਟ ਆਪਣੇ ਕੋਲ ਆਜੂਗਾ, ਸੋ ਇਹ 'ਚ ਮੈਨੂੰ ਥੋੜ੍ਹਾ ਜਿਹਾ ਡਿਫਰੈਂਸ ਆ, ਮੈਂ ਭੁੱਲ ਗਿਆ ਵਾਂ, ਇਹ ਆ ਪਤਾ ਨਹੀਂ ਸੀ, ਕਿਸੇ ਸ਼ਬਦ ਕੋਸ਼ ਡਿਕਸ਼ਨਰੀ ਛੋਟੇ ਅਕਸ਼ਰਾਂ ਨੂੰ ਪੜ੍ਹਨ ਲਈ ਕਿਹੜਾ ਲੈਂਸ ਯੂਜ਼ ਕਰੋਗੇ। 5 ਸੈਂਟੀਮੀਟਰ ਫੋਕਸ ਦੂਰੀ ਵਾਲਾ ਉੱਤਲ ਲੈਂਸ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ,
ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰਿਬਨ ਨੂੰ ਕਿਉਂ ਸਾਫ਼ ਕੀਤਾ ਜਾਂਦਾ ਹੈ? ਸਾਡੇ ਮੈਦੇ ਵਿੱਚ ਤੇਜ਼ਾਬ ਦੀ ਕੀ ਮਹੱਤਤਾ ਹੈ? ਇਹ 'ਚ ਬਹੁਤ ਇੰਪੋਰਟੈਂਟ ਕੁਐਸਚਨਸ ਨੇ। ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੇ ਘਾਟ ਦੇ ਕੀ ਸਿੱਟੇ ਹੋ ਸਕਦੇ ਹਨ? ਇੱਕ ਗੋਲ ਆਕਾਰ ਦਰਪਣ ਦਾ ਵਕਰਤਾ ਅੱਧ ਵਿਆਸ 20 ਸੈਂਟੀਮੀਟਰ ਹੈ, ਉਸਦੀ ਫੋਕਸ ਦੂਰੀ ਪਤਾ ਕਰੋ। ਚਲੋ ਦੇਖਦੇ ਹਾਂ, ਦੋ ਦੋ ਨੰਬਰਾਂ ਦੇ ਆ ਸਾਰੇ। ਜਿਵੇਂ ਤੁਸੀਂ ਦੇਖ ਸਕਦੇ ਹੋ, ਕਿਉਂਕਿ ਹਵਾ ਵਿੱਚ ਮੈਗਨੀਸ਼ੀਅਮ ਰਿਬਨ ਉੱਤੇ ਮੈਗਨੀਸ਼ੀਅਮ ਆਕਸਾਈਡ ਜੰਮ ਜਾਂਦੀ ਹੈ ਜੋ ਮੈਗਨੀਸ਼ੀਅਮ ਦੇ ਜਲਣ ਵਿੱਚ ਰੁਕਾਵਟ ਬਣਦੀ ਹੈ। ਜਿਵੇਂ ਤੁਸੀਂ ਦੇਖ ਸਕਦੇ, ਸਾਡੇ ਮੈਦੇ ਵਿੱਚ ਤੇਜ਼ਾਬ ਬੈਕਟੀਰੀਆ ਨੂੰ ਮਾਰਦਾ ਹੈ, ਪੈਪਸਿਨ ਐਨਜ਼ਾਈਮ ਦੀ ਕਿਰਿਆ ਲਈ ਤੇਜ਼ਾਬੀ ਮਾਧਿਅਮ ਤਿਆਰ ਕਰਦਾ। ਸੋ ਆਪਾਂ ਹੁਣ ਵੱਡੇ ਵਾਲੇ ਕੁਐਸਚਨਸ ਦੇਖ ਲੈਂਦੇ, ਜਿਨ੍ਹਾਂ ਕਿਰਿਆ ਵਿੱਚ ਤਾਪ ਦਾ ਨਿਕਾਸ ਹੁੰਦਾ ਹੈ ਉਹਨਾਂ ਨੂੰ ਤਾਪ ਨਿਕਾਸੀ ਕਿਰਿਆ ਕਹਿੰਦੇ ਆ। ਜਿਵੇਂ ਆਹ ਵਾਲੀ ਕਿਰਿਆ ਲਿਖ ਦੇਣੀ ਆ, ਜਿਨ੍ਹਾਂ ਕਿਰਿਆ ਵਿੱਚ ਵਿੱਤ ਦਾ ਤਾਪ ਦਾ ਸੋਖਣ ਹੁੰਦਾ, ਠੀਕ ਹੈ, ਉਹ ਤਾਪ ਸੋਖੀ ਹੁੰਦੀਆਂ। ਸੋ ਇਹ ਹੈਗਾ ਜੀ ਆਪਣਾ ਤੇਜ਼ ਦੀ ਕਿਰਿਆ ਵਾ ਨੀਚੇ, ਜਿਵੇਂ ਤੁਸੀਂ ਦੇਖ ਸਕਦੇ ਹੋ। ਜਿਵੇਂ ਤੁਸੀਂ ਦੇਖ ਸਕਦੇ ਹੋ ਜੀ, ਅਸੀਂ ਵਾਹਨਾਂ ਦੇ ਪਿੱਛੇ ਕਾਹ ਤੋਂ ਅਵਤਲ ਦਰਪਣ ਦੀ ਕਿਹੜਾ ਦਰਪਣ ਆ, ਸੋ ਅਵਤਲ ਦਰਪਣ ਉਹਨਾਂ ਦੇ ਸਾਹਮਣੇ, ਕਿਉਂਕਿ ਹਮੇਸ਼ਾ ਸਿੱਧਾ ਅਤੇ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ, ਇਸ ਦੀ ਬਾਹਰ ਵੱਲ ਹਵਾ ਸੋ ਹੋਊਗਾ ਕੁਛ ਕਰਕੇ, ਇਹਨਾਂ ਦਾ ਦ੍ਰਿਸ਼ਟੀ ਖੇਤਰ ਵੀ ਵੱਧ ਹੁੰਦਾ ਹੈ, ਜਿਸ ਕਰਕੇ ਇਹ ਡਰਾਈਵਰ ਨੂੰ ਵੱਡਾ ਖੇਤਰ ਦੇਖਣ ਵਿੱਚ ਸਮਰੱਥ ਬਣਾਉਂਦੇ ਹਨ। ਨੈਕਸਟ ਦੇਖਦੇ ਹਾਂ, ਵਕਰਤਾ ਦਾ ਅਰਧ ਵਿਆਸ ਆਪਣਾ ਛੋਟੇ ਵਾਲਾ ਵਾ ਕੀ ਆ, ਠੀਕ ਆ, ਆਰ 20 ਸੈਂਟੀਮੀਟਰ, ਫੋਕਸ ਦੂਰੀ ਐੱਫ ਆਰ ਬਟਾ 2, ਫਿਰ 20 ਦੀ ਆਜੂਗੀ ਆਰ ਦੀ ਜਗ੍ਹਾ, ਫਿਰ ਕਿੰਨਾ ਬਚਿਆ 10 ਸੈਂਟੀਮੀਟਰ। ਇਹ ਹੋ ਗਿਆ ਜੀ ਆਪਣਾ ਆਂਸਰ। ਹੁਣ ਦੇਖਦੇ ਹਾਂ ਆਪਾਂ ਨੈਕਸਟ। ਸੋ ਇੱਥੇ ਆਪਣਾ ਸਾਰਾ ਪੇਪਰ ਇਹ ਵਾਲਾ ਹੁੰਦਾ ਵਾ, ਇੱਕ ਹੋਰ ਪੇਪਰ ਆਇਆ ਵਾ, ਚਲੋ ਉਹ ਵੀ ਦੇਖਦੇ ਹਾਂ। ਸੋ ਜਿਵੇਂ ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਹਿਲਾਂ ਵਿਸਥਾਪਨ ਕਿਰਿਆ ਆਜੂਗੀ, ਠੀਕ ਹੈ। ਨੈਕਸਟ ਆ ਜੀ, ਚਿਪਸ ਦੇ ਪੈਕਟਾਂ ਵਿੱਚੋਂ ਕਿਹੜੀ ਗੈਸ ਨਿਕਲਦੀ ਆ, ਠੀਕ ਹੈ, ਨਾਈਟ੍ਰੋਜਨ ਨਿਕਲਦੀ ਆ। ਅਤੇ ਮਨੁੱਖ ਵਿੱਚ ਗੁਰਦੇ ਵਿੱਚ ਇੱਕ ਤੰਤਰ ਪ੍ਰਣਾਲੀ ਦਾ ਭਾਗ ਹੈ ਜੋ ਮਲ ਤਿਆਗ ਆ, ਠੀਕ ਹੈ। ਨੈਕਸਟ ਆ ਜੀ, ਪੌਦਿਆਂ ਵਿੱਚ ਜਾਇਲਮ ਦਾ ਕਰਦੀ ਆ, ਠੀਕ ਹੈ, ਪਾਣੀ ਦਾ ਪਰਿਵਹਿਨ। ਅਤੇ ਨੈਕਸਟ ਦੇਖਦੇ ਹਾਂ, ਕਿਹੜਾ ਪਦਾਰਥ ਲੈਂਜ਼ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ? ਮਿੱਟੀ ਆਉਣੀ ਆ ਇੱਥੇ, ਹਾਂ ਜੀ। ਸੋ ਨੈਕਸਟ ਦੇਖਦੇ ਹਾਂ ਜੀ, ਦੋ ਨੰਬਰਾਂ ਵਾਲੇ ਕੁਐਸਚਨਸ, ਦੋ ਫੋਕਸ ਦੂਰੀ ਵਾਲੇ ਕਿਸੇ ਅਵਤਲ ਲੈਂਸ ਦੀ ਸ਼ਕਤੀ ਗਿਆਤ ਕਰੋ, ਠੀਕ ਆ, ਜਾਂ ਫਿਰ ਇਹਦੀ ਜਗ੍ਹਾ ਆਪਾਂ ਨੂੰ ਕਰਨਾ ਪੌਦਾ ਪ੍ਰਕਾਸ਼ ਸੰਸ਼ਲੇਸ਼ਣ ਦੀ ਜ਼ਰੂਰੀ ਕੱਚੀ ਸਮੱਗਰੀ ਕਿੱਥੋਂ ਲੈਂਦਾ ਹੈ? ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰਿਬਨ, ਤੁਹਾਨੂੰ ਪਤਾ ਹੀ ਆ ਇਹ ਕਰਤਾ ਆਪਾਂ, ਤਾਪ ਨਿਕਾਸੀ, ਠੀਕ ਹੈ, ਤਾਪ ਸੋਖੀ ਇਹ ਵੀ ਕਰ ਲਿਆ, ਠੀਕ ਹੈ, ਆਕਸੀ ਸਾਹ ਕਿਰਿਆ ਅਣਆਕਸੀ ਸਾਹ ਕਿਰਿਆ ਵਿੱਚ ਅੰਤਰ ਦੱਸੋ, ਵਾਹਣਾ ਪਿੱਛੇ ਇਹ ਵੀ ਆਪਾਂ ਕਰ ਲਿਆ। ਦੋ ਕੁ ਕੁਐਸਚਨ ਆ, ਦੇਖ ਲੈਂਦੇ ਹਾਂ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ, ਪੌਦਾ ਪ੍ਰਕਾਸ਼ ਸੰਸ਼ਲੇਸ਼ਣ ਦੀ ਜ਼ਰੂਰੀ ਕੱਚੀ ਸਮੱਗਰੀ ਕਿੱਥੋਂ ਲੈਂਦਾ ਹੈ, ਠੀਕ ਹੈ, ਪੌਦਾ ਪ੍ਰਕਾਸ਼ ਸੰਸ਼ਲੇਸ਼ਣ ਲਈ ਕਾਰਬਨ ਡਾਈਆਕਸਾਈਡ, ਵਾਯੂਮੰਡਲ, ਪਾਣੀ, ਮਿੱਟੀ ਅਤੇ ਪ੍ਰਕਾਸ਼ 'ਚੋਂ ਲੈਂਦੇ ਹਨ। ਨੈਕਸਟ ਆਪਣੇ ਕੋਲ ਸੀ ਆਕਸੀ ਅਤੇ ਅਨਆਕਸੀ ਸਾਹ ਕਿਰਿਆ, ਦੋ ਨੰਬਰ ਦੇ ਸੀ, ਤੁਸੀਂ ਤਿੰਨ ਪੁਆਇੰਟ ਲਿਖ ਦਿਓ ਬਹੁਤ ਆ। ਇਹ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੇ ਆ, ਠੀਕ ਹੈ। ਸੋ ਜਿਹੜੇ ਆਕਸੀਜਨ ਵਾਲੇ ਹੁੰਦੇ ਆ ਉਹ ਆਕਸੀਜਨ ਦੀ ਮੌਜੂਦਗੀ 'ਚ ਹੁੰਦੇ ਆ, ਜਿਹੜੇ ਅਨਆਕਸੀ ਹੁੰਦੇ ਆ, ਮਤਲਬ ਅਨ ਮੀਨਸ ਗੈਰ, ਠੀਕ ਹੈ, ਇਹ ਆਕਸੀਜਨ ਦੀ ਬਿਨਾਂ ਮੌਜੂਦਗੀ ਵਿੱਚ ਹੁੰਦੇ ਆ। ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਹੁੰਦਾ, ਠੀਕ ਹੈ, ਇਹਦੇ ਵਿੱਚ ਨਹੀਂ ਹੁੰਦਾ ਸੈਕਿੰਡ ਵਾਲੇ ਵਿੱਚ। ਇਸ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਦੇ ਹਨ, ਇਸ ਵਿੱਚ ਕਾਰਬਨ ਡਾਈਆਕਸਾਈਡ ਅਤੇ ਇਥੋਲ ਬਣਦੇ ਹਨ, ਬਸ ਇੰਨਾ ਲਿਖ ਦਿਓ। ਇਹ ਵੱਧ ਊਰਜਾ ਪੈਦਾ ਕਰਦੇ ਆ, ਠੀਕ ਹੈ, ਘੱਟ ਊਰਜਾ ਪੈਦਾ ਕਰਦੇ ਆ। ਇਹ ਕਿਰਿਆ ਸੈੱਲ ਦੇ ਮਾਈਟੋਕਾਂਡਰੀਆਂ ਵਿੱਚ ਹੁੰਦੇ ਆ, ਠੀਕ ਹੈ, ਇਹ ਯੀਸਟ 'ਚ ਹੁੰਦੇ ਆ। ਅਤੇ ਹੁਣ ਆਪਾਂ ਕਰਦੇ ਹਾਂ ਜੀ ਨੈਕਸਟ। ਦੋਸਤੋ ਆਪਾਂ ਸਾਰੇ ਤਾਂ ਕਰ ਹੀ ਲਏ ਆ, ਠੀਕ ਹੈ, ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ, ਚੈਨਲ ਕਰ ਦਿਓ ਸਬਸਕ੍ਰਾਈਬ, ਅਤੇ ਹੋਰ ਕੋਈ ਪੇਪਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਦਿਓ।